ਵਿਗਿਆਨ ਤੇ ਟੈਕਨੋਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਸਾਲ 2025 ਤੱਕ 150 ਅਰਬ ਡਾਲਰ ਦੀ ਜੀਵਿਕ ਅਰਥਵਿਵਸਥਾ ਬਣਨ ਲਈ ਤਿਆਰ ਹੈ ਬਾਇਓਟੈਕਨੋਲੋਜੀ ਵਿਭਾਗ ਅਤੇ ਅਮਰੀਕਾ ਦੀ ਰਾਸ਼ਟਰੀ ਵਿਗਿਆਨ ਸੰਸਥਾ ਵਿਚਾਲੇ ਇੰਪਲੀਮੈਂਟੇਸ਼ਨ ਵਿਵਸਥਾ ਤੇ ਦਸਤਖਤ ਕਰਨ ਮੌਕੇ ਉਹਨਾਂ ਨੇ ਕਿਹਾ ਕਿ ਭਾਰਤ ਦੀ ਲਗਾਤਾਰ ਵੱਧਦੀ ਜੈਵਿਕ ਅਰਥਵਿਵਸਥਾ ਭਾਰਤ ਦੀ ਸਮੁੱੱਚੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ ਉਹਨਾਂ ਨੇ ਕਿਹਾ ਕਿ ਆਲਮੀ ਜੈਵਿਕ ਟੈਕਨੋਲੋਜੀ ਉਦਯੋਗ ਵਿੱਚ ਭਾਰਤ ਦੀ ਹਿੱਸੇਦਾਰੀ 3 ਤੋਂ 5% ਹੈ ਅਤੇ ਇਹ ਜੈਵਿਕ ਟੈਕਨੋਲੋਜੀ ਵਿੱਚ ਦੁਨੀਆ ਦੀ 12ਵੀਂ ਥਾਂ ਤੇ ਹੈ